सब्सक्राइब करें हमारा यूट्यूब चैनल और जरूर दबाएं एक घंटा ताकि आपको मिलते रहें लेटेस्ट खबरों की नोटिफिकेशंस। पंजाब के मुख्यमंत्री कैप्टन अमरिंदर सिंह ने सुल्तानपुर लोधी के बाढ़ प्रभावित क्षेत्र सरूपवाल में दौरा कर वहां पर हालातों का जायजा लिया। कैप्टन ने कहा कि पहाड़ी क्षेत्र में बारिश के चलते भाखड़ा में पानी की ज्यादा तादाद होने के कारण पानी छोड़ा गया, जिसके चलते पंजाब में यह स्थिति बनी है, पर सरकार हर तरह के राहत प्रबंध करने के लिए वचनबद्ध है। कैप्टन ने कहा कि पंजाब सरकार वर्ल्ड बैंक के साथ मिलकर खास योजना बना रही है, जिसमें पंजाब की नदियों नालों और ड्रेनों की सफाई की जाएगी ताकि दोबारा ऐसी स्थिति ना बने। कैप्टन अमरिंदर सिंह ने कहा कि सूबा सरकार पूरी तरह सतर्क है और 550वें गुरुपुरब की तैयारियों पर इस आफत का कोई प्रभाव नहीं पड़ने देंगे। कपूरथला से सुरेंद्र सिंह बब्बू की रिपोर्ट। देखो पूरे पंजाब दे विच कई जिले ने, फिरोजपुर है, फाजिलका है, रोपड़ है, थोड़े इधरले पासे सुल्तानपुर लोधी है, थोड़े शाहकोट है, लोहिया है, ये सारिया दे विच सानू ये प्रॉब्लम आई है। दरिया हुण ये बारिशां ज़्यादा हुई ने, हिमाचल पाखड़ा भर गया, ਜਦੋਂ ਭਰ ਗਿਆ ਤਾਂ ਉਹਨਾਂ ਨੂੰ ਪਾਣੀ ਛੱਡਣਾ ਪਿਆ। ਉਹਦੇ ਨਾਲ ਇੱਕਦਮ ਪਾਣੀ ਜਿਹੜਾ ਆਇਆ ਉਹ ਬੰਦੇ ਵਗੈਰਾ ਸਾਡੇ ਟੁੱਟੇ ਨੇ ਬੰਦੇ। ਕਿ ਅਸੀਂ ਹੁਣ ਇੱਕ ਵਜ਼ੀਰ ਸਾਹਿਬ ਕਿੱਥੇ ਹੋ, ਅਸੀਂ ਹੁਣ ਇਹ ਬਣਾ ਰਹੇ ਹਾਂ ਇੱਕ ਸਕੀਮ ਵਰਲਡ ਬੈਂਕ ਨੂੰ ਭੇਜਣ ਲਈ ਕਿ ਇਹਨਾਂ ਦੇ ਅਲਾਈਨਮੈਂਟ ਦੀ ਅਸੀਂ ਦੁਬਾਰਾ ਇਹ ਕੀਤਾ ਜਾਵੇ, ਪੈਸਾ ਦਿੱਤਾ ਜਾਵੇ ਤਾਂ ਕਿ ਸਦਾ ਵਾਸਤੇ ਇਸ ਕੰਮ ਨੂੰ ਮੁਕਾਈਏ। ਕੈਪਟਨ ਸਾਹਿਬ, ਇਲਾਕੇ ਸਾਡੇ ਦੇ ਵਿੱਚ ਪੰਜਵਾਂ ਹੜ੍ਹ ਹੈ ਤਾਂ ਲੋਕਾਂ ਦਾ ਬੜਾ ਰੋਸ ਹੈ ਕਿ ਆਜ਼ਾਦੀ ਤੋਂ ਬਾਅਦ ਇਹ ਪੰਜਵਾਂ ਹੜ੍ਹ ਜਿਹੜਾ ਆਉਣਾ ਬਹੁਤ ਵੱਡੀ ਗੱਲ ਹੈ। ਦੇਖੋ ਇਹ ਬਾਰਿਸ਼ ਨਹੀਂ ਨਹੀਂ ਕੋਈ ਪ੍ਰਸ਼ਾਸਨ ਦਾ ਕੋਈ ਕੰਮ ਨਹੀਂ, ਇਹ ਤਾਂ ਜੋ ਬਾਰਿਸ਼ ਪਈ ਹੈ ਇਹ ਪ੍ਰਸ਼ਾਸਨ ਨਹੀਂ ਕੰਟਰੋਲ ਕਰਦੀ ਬਾਰਿਸ਼ ਨੂੰ। ਇਹ ਬਾਰਿਸ਼, ਮੈਂ ਸੁਣੋ ਮੇਰੀ ਗੱਲ, ਬਾਰਿਸ਼ ਪਈ ਹੈ ਬਹੁਤ ਵੱਡੇ ਤਕੜੇ ਪੈਮਾਨੇ ਦੀ। ਆਮ ਤੌਰ 'ਤੇ ਅਗਸਤ ਦੀ ਅਖੀਰ 'ਚ ਔਰ ਸਪਟੈਂਬਰ 'ਚ ਬਾਰਿਸ਼ ਆਉਂਦੀ ਹੈ। ਐਤਕੀ ਅਸੀਂ ਜੁਲਾਈ 'ਚ ਵੀ ਹੜ੍ਹ ਆ ਗਿਆ ਘੱਗਰ 'ਚ, ਹੁਣ ਤੁਹਾਡੇ ਇਹ ਦੋਨੋਂ ਨਦੀਆਂ ਬਿਆਸ ਔਰ ਸਤਲੁਜ ਵਿੱਚ ਆਇਆ, ਹੁਣ ਆਪਾਂ ਅਗਸਤ ਦੇ ਵਿੱਚ ਹੈ। ਹੁਣ ਮੈਨੂੰ ਤਾਂ ਇੰਨਾ ਹੀ ਹੈ ਅਕਾਲ ਪੁਰਖ ਦੀ ਅਰਦਾਸ ਕਿ ਆਪ ਦੁਬਾਰਾ ਜਿਹੜੀ ਸਪਟੈਂਬਰ 'ਚ ਆਉਂਦੇ ਹੁਣ ਆਏ, ਨਹੀਂ ਤਾਂ ਨੁਕਸਾਨ ਸਾਡਾ ਬਹੁਤ ਹੋ ਜਾਊਗਾ। 680 ਫੁੱਟ ਦਾ ਪਾਣੀ ਹੋ ਸਕਦਾ ਔਰ ਇਸ ਵੇਲੇ 1682 ਫੁੱਟ 'ਤੇ ਪਹੁੰਚ ਗਿਆ ਸੀ। ਅਗਰ ਆਪਾਂ ਉਹ ਨਾ ਛੱਡਦੇ ਪਾਣੀ, ਫਿਰ ਡੈਮ ਟੁੱਟ ਜਾਂਦਾ, ਸਾਰੇ ਪੰਜਾਬ ਨੇ ਡੁੱਬ ਜਾਣਾ ਸੀ, ਤਾਂ ਹੀ ਉਹਨਾਂ ਨੂੰ ਛੱਡਣਾ ਪਿਆ। ਔਰ ਪਾਣੀ ਉਹ ਪੰਜਾਬ ਪਾਣੀ ਜਿਹੜਾ ਛੱਡਿਆ ਹੈ, ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗਾ, ਮੇਰੇ ਕੋਲ ਦੋ ਲੱਖ ਕਿਊਸੈਕ ਤੱਕ, ਪਰ ਹੁਣ ਘੱਟ ਗਿਆ। ਔਰ ਜੋ ਮੈਂ ਪਿੱਛੋਂ ਦੇਖ ਕੇ ਆਇਆ, ਮੈਂ ਹੁਣ ਚਮਕੌਰ ਸਾਹਿਬ ਤੋਂ ਆਇਆ, ਉੱਧਰ ਚਮਕੌਰ ਸਾਹਿਬ ਫਲੋਰ ਤੋਂ ਪਾਣੀ ਘੱਟ ਰਿਹਾ। ਸੀ ਐੱਮ ਸਾਹਿਬ, ਸਾਢੇ 500 ਸਾਲਾਂ ਸ਼ਤਾਬਦੀ ਸਮਾਰੋਹ ਨੂੰ ਵੀ ਕੋਈ ਪ੍ਰਭਾਵਿਤ ਹੋਏਗਾ? ਪਹਿਲਾਂ ਤੁਸੀਂ ਆਹ ਤਾਂ ਕੰਮ ਕਰੋ, ਇਹਦੇ ਨਾਲ ਕੋਈ ਪ੍ਰਭਾਵਿਤ ਨਹੀਂ ਪਏਗਾ। ਕਿਉਂ, ਇਹ ਤਾਂ ਕਿਉਂ, ਅਸੀਂ ਉਹਦਾ ਅਸੀਂ ਸਾਰੇ ਕਿਹੜਾ ਸਿੱਖ ਹੈ ਜਿਹੜਾ ਬੰਨ ਚੋੜੇ ਹੋ ਜਾਣ ਕਾਰਨ ਭਾਖੜਾ ਦੇ ਟਰੈਕਟਰ ਨੇ ਇੱਕ ਕਿਹੜਾ ਪੰਜਾਬੀ ਹੈ ਜਿਹੜਾ 10ਵੇਂ ਪਹਿਲੇ ਪਾਤਸ਼ਾਹੀ ਦਾ 550ਵਾਂ ਸਾਲ ਨਹੀਂ ਮਨਾਊਗਾ? ਸਾਰੇ ਮਨਾਵਾਂਗੇ। ਚਲੋ ਬਸ, ਬੰਨ ਚੋੜੇ ਹੋ ਜਾਣਗੇ, ਹੁਣ ਮੰਨ ਲਈਏ। ਅਸੀਂ ਉਹੀ ਸਕੀਮ ਕਰ ਰਹੇ ਹਾਂ ਜੀ।
ਕਿ ਇਹਦੀ ਰੀਅਲਾਈਨਮੈਂਟ ਦੀ ਅਲਾਈਨਮੈਂਟ ਅਸੀਂ ਵਰਲਡ ਬੈਂਕ ਨੂੰ ਵੀ ਪੁੱਛਾਂਗੇ, ਆਪਣੇ ਤੌਰ ਤੇ ਵੀ ਗਵਰਨਮੈਂਟ ਆਫ ਇੰਡੀਆ ਨੂੰ ਵੀ, ਔਰ ਅਸੀਂ ਦੁਬਾਰਾ ਅਲਾਈਨਮੈਂਟਾਂ ਕਰਕੇ ਬੰਦਾ ਨੂੰ ਇਹ ਮਜ਼ਬੂਤ ਤੌਰ ਤੇ ਕਰਨਾ ਚਾਹੁੰਦੇ ਹਾਂ, ਅਸੀਂ ਵਰਲਡ ਬੈਂਕ ਨਾਲ ਵੀ ਗੱਲ ਕਰਾਂਗੇ।